ਗੁਰੂ ਨਾਨਕ ਸਾਹਿਬ ਜਗਤ ਤੇ ਰਹਿਮਤ ਕਰਦੇ ਹੋਏ ਸਿਆਲਕੋਟ ਪਹੁੰਚੇ। ਇੱਥੇ ਸਤਿਗੁਰੂ ਜੀ ਨੇ ਇੱਕ ਕੌਤਕ ਕੀਤਾ। ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ 2 ਪੈਸੇ ਦਿੱਤੇ ਪਰ ਕਿਹਾ ਕਿ ਮਰਦਾਨਿਆ ਬਾਜ਼ਾਰ ਜਾ ਪਰ ਸੱਚ ਅਤੇ ਝੂਠ ਖਰੀਦ ਕੇ ਲਿਆ। ਭਾਈ ਮਰਦਾਨਾ 2 ਪੈਸੇ ਲੈ ਕੇ ਕਰਿਆਨੇ ਵਾਲੀ ਦੁਕਾਨ ਤੇ ਚਲਾ ਗਿਆ ਪਰ ਦੁਕਾਨਦਾਰ ਨੂੰ ਕਹਿਣ ਲੱਗਾ, ਮੈਂ ਸੱਚ ਔਰ ਝੂਠ ਲੈਣ ਆਇਆ ਹਾਂ। ਦੁਕਾਨਦਾਰ ਹੈਰਾਨ ਹੋ ਕੇ ਕਹਿੰਦਾ, ਹੇ ਮੁਸਾਫਰ, ਮੈਂ ਆਟਾ ਲੂਣ ਤਾਂ ਦੇ ਸਕਦਾ, ਕੋਈ ਸੌਦਾ ਤਾਂ ਦੇ ਸਕਦਾ, ਪਰ ਸੱਚ ਤੇ ਝੂਠ ਕਿਵੇਂ ਦਿੱਤਾ ਜਾ ਸਕਦਾ। ਭਾਈ ਮਰਦਾਨਾ ਜੀ ਅਗਲੀ ਦੁਕਾਨ ਤੇ ਚਲੇ ਗਏ। ਉੱਥੇ ਵੀ ਇਹੀ ਜਵਾਬ ਮਿਲਿਆ, ਸੱਚ ਤੇ ਝੂਠ ਕਿਵੇਂ ਦਿੱਤਾ ਜਾ ਸਕਦਾ। ਜਦੋਂ ਕਿਸੇ ਪਾਸੋਂ ਸੱਚ ਔਰ ਝੂਠ ਨਾ ਮਿਲਿਆ ਤਾਂ ਕਿਸੇ ਬਜ਼ੁਰਗ ਤੋਂ ਭਾਈ ਮਰਦਾਨੇ ਨੇ ਪੁੱਛਿਆ, ਹੇ ਬਜ਼ੁਰਗੋ, ਮੈਨੂੰ ਸੱਚ ਔਰ ਝੂਠ ਚਾਹੀਦਾ ਹੈ, ਕਿਸ ਪਾਸੋਂ ਮਿਲੇਗਾ। ਬਜ਼ੁਰਗ ਦੱਸਦਾ, ਹੇ ਮੁਸਾਫਰ, ਇੱਕ ਮੂਲਾ ਕਰਾੜਾ ਨਾਮ ਦਾ ਆਦਮੀ ਹੈ, ਬਹੁਤ ਸਿਆਣਾ, ਉਹ ਕੋਈ ਨਾ ਕੋਈ ਹੱਲ ਕੱਢ ਸਕਦਾ, ਤੁਸੀਂ ਉਸ ਪਾਸ ਚਲੇ ਜਾਓ। ਭਾਈ ਮਰਦਾਨਾ ਜੀ ਮੂਲੇ ਕਿਰਾੜੇ ਨਾਮ ਦੇ ਆਦਮੀ ਕੋਲ ਪਹੁੰਚੇ ਤੇ ਕਹਿਣ ਲੱਗੇ, ਹੇ ਭਾਈ, ਮੈਂ ਸੱਚ ਔਰ ਝੂਠ ਲੈਣ ਆਇਆ ਹਾਂ। ਮੂਲਾ ਕਿਰਾੜਾ ਇੱਕ ਕੰਮ ਕਰਦਾ, ਇੱਕ ਕਾਗਜ਼ ਲਿਆ ਔਰ ਉਸ ਤੇ ਕੁਝ ਲਿਖ ਦਿੰਦਾ। ਉਹ ਕਾਗਜ਼ ਭਾਈ ਮਰਦਾਨੇ ਨੂੰ ਪਕੜਾਇਆ ਔਰ ਕਹਿਣ ਲੱਗਾ, ਇਹੀ ਸੱਚ ਔਰ ਝੂਠ ਹੈ। ਮਰਦਾਨਾ ਜੀ ਉਹ ਕਾਗਜ਼ ਲੈ ਕੇ ਗੁਰੂ ਸਾਹਿਬ ਕੋਲ ਵਾਪਸ ਆ ਗਏ। ਗੁਰੂ ਸਾਹਿਬ ਨੂੰ ਕਾਗਜ਼ ਦਿੱਤਾ। ਗੁਰੂ ਸਾਹਿਬ ਨੇ ਦੇਖਿਆ ਕਿ ਕਾਗਜ਼ ਤੇ ਲਿਖਿਆ ਸੀ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਇਹ ਪੜ੍ਹ ਕੇ ਗੁਰੂ ਸਾਹਿਬ ਪ੍ਰਸੰਨ ਹੋ ਉੱਠੇ ਔਰ ਕਹਿਣ ਲੱਗੇ, ਮਰਦਾਨਿਆ, ਬਿਲਕੁਲ ਸਹੀ ਸਮਝਿਆ ਹੈ ਉਸ ਪੁਰਸ਼ ਨੇ, ਮਰਨਾ ਸੱਚ ਹੈ, ਕਿਉਂਕਿ ਮੌਤ ਹਰ ਇੱਕ ਤੇ ਆਉਣੀ ਹੈ, ਕੋਈ ਮੌਤ ਤੋਂ ਬਚ ਨਹੀਂ ਸਕਦਾ। ਜਿਉਣਾ ਝੂਠ ਹੈ, ਕਿਉਂਕਿ ਕੋਈ ਵੀ ਸਦਾ ਜਿਉਂਦਾ ਨਹੀਂ ਰਹਿ ਸਕਦਾ, ਜੋ ਜੰਮਿਆ ਹੈ ਉਸਨੂੰ ਮਰਨਾ ਹੀ ਪਵੇਗਾ, ਇਹੀ ਪਰਮਾਤਮਾ ਦਾ ਨਿਯਮ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਦਾ ਫਰਮਾਨ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੁ ਰੇ ਮੀਤ, ਕਹਿ ਨਾਨਕ ਥਿਰ ਨਾ ਰਹੈ, ਜਿਉਂ ਬਾਲੂ ਕੀ ਪੀ।